ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਖਾਲਸੇ ਦੀ ਸ਼ਾਨ ਔਰ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਸ਼ਾਨ ਔਰ ਸ਼ੌਕਤ ਨਾਲ ਸੰਪੰਨ ਹੋ ਗਿਆ। 3 ਦਿਨਾਂ ਤੱਕ ਚੱਲਣ ਵਾਲੇ ਇਸ ਸਮਾਰੋਹ ਦੇ ਆਖਰੀ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਮੌਜੂਦ ਰਹੀਆਂ। ਇਸ ਦੌਰਾਨ ਫੌਜ ਦੇ ਰੂਪ ਵਿੱਚ ਨਿਹੰਗ ਸਿੰਘ ਇੱਥੋਂ ਦੇ ਮੁੱਖ ਸਟੇਡੀਅਮ ਵਿੱਚ ਪਹੁੰਚੇ, ਜਿੱਥੇ ਹੋਲੇ ਮਹੱਲੇ ਦਾ ਸਮਾਪਨ ਹੋਇਆ। ਹੋਲਾ ਮਹੱਲਾ ਇੱਕ ਸਾਂਝਾ ਪ੍ਰਤੀਕ ਹੈ, ਇੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਜਿਹੜੇ ਰਲ ਕੇ ਹੋਲਾ ਮਹੱਲਾ ਮਨਾਉਂਦੇ ਆ, ਖੁਸ਼ੀਆਂ ਮਨਾਉਂਦੇ ਆ। ਇਹ ਤਿਉਹਾਰ ਦੇ ਵਿੱਚ ਇੱਕ ਨਿਹੰਗਾ ਸਿੰਘਾਂ ਦੇ ਕਰਤੱਵ ਜਿਹੜੇ ਹੈਗੇ, ਘੋੜ ਦੌੜ ਬਹੁਤ ਜ਼ਿਆਦਾ ਜ਼ਬਰਦਸਤ ਹੁੰਦੀ ਹੈ, ਚਰਨ ਗੰਗਾ ਸਟੇਡੀਅਮ ਦੇ ਵਿੱਚ ਦੇਖਣ ਯੋਗ ਹੁੰਦੀ ਹੈਗੀ। ਅਤੇ ਮੈਂ ਇੱਥੇ ਆਈਆਂ ਸੰਗਤਾਂ ਨੂੰ ਅਤੇ ਹੋਲੇ ਮਹੱਲੇ ਦੇ ਵਿੱਚ ਜਿੰਨੇ ਵੀ ਸ਼ਾਮਲ ਹੋਏ ਸਾਰੀਆਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ, ਜੋ ਇਹ ਅਲੌਕਿਕ ਨਜ਼ਾਰਾ ਦੇਖਣ ਤੋਂ ਵਾਂਝੇ ਰਹਿ ਗਏ, ਉਹ ਅਗਲੇ ਸਾਲ ਇਹ ਹੋਲਾ ਮਹੱਲਾ ਦੇਖਣ ਵਾਸਤੇ ਆਨੰਦਪੁਰ ਸਾਹਿਬ ਵਿੱਚ ਜ਼ਰੂਰ ਪਧਾਰਨ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਅਤੇ 1700 ਦੇ ਵਿੱਚ ਜਿਹੜਾ ਪਹਿਲਾ ਹੋਲਾ ਮਹੱਲਾ ਮਨਾਉਣਾ ਕੀਤਾ ਸੀ, ਉਸੇ ਹੋਲੇ ਮਹੱਲੇ ਨੂੰ ਮਨਾਉਂਦੇ ਹੋਏ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨਿਸ਼ਾਨ ਸਾਹਿਬਾਨਾਂ ਦੀ ਤਾਬਿਆ ਅੱਜ ਪੂਰੀ ਚੜ੍ਹਦੀ ਕਲਾ ਦੇ ਨਾਲ, ਜਿਹੜੀ ਪੁਰਾਤਨ ਰਵਾਇਤ ਹੈ ਖਾਲਸੇ ਦੀ, ਪੂਰੇ ਜਾਓ ਜਲਾਲ ਦੇ ਨਾਲ ਗੁਰਦੁਆਰਾ ਗੁਰੂ ਕਾ ਬਾਗ ਸ਼ਹੀਦੀ ਬਾਗ ਤੋਂ ਜਿਹੜਾ ਇਹ ਵਿਸ਼ਾਲ ਖਾਲਸਾਈ ਮਹੱਲਾ ਆਰੰਭ ਹੋਇਆ ਸੀ ਤੇ ਸਾਰੇ ਧਾਰਮਿਕ ਅਸਥਾਨਾਂ ਦੀ ਜਿਹੜੇ ਰਸਤੇ ਵਿੱਚ ਆ ਰਹੇ ਨੇ ਯਾਤਰਾ ਕਰਦਾ ਹੋਇਆ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚੇ।